ठीक है। आया मैं, साढ़े कोई संगी आते ने तीन चार मिनट से फिर आप गल करने उस तो बाद करके इरादे से बोल सकते अजय साह लै लिए बह के साथ जो वेख के समझ नहीं आ रही गल की करनी है दरियावां दा हाल कीता है सासी एक किवें एक दूजे तो निकले हुए हैं। मैं कल तीन यूनिवर्सिटियां विच गया उतों दे स्टूडेंट्स नाल गल कीती, कोई दो मैं इहो जिहे नहीं मिले जिहड़े कदे जिन्हां ने कदे रावी बारे सोचिया हो या रावी ते आए हो या रावी नूं कदे वेख्या हो ते किवें इस वेले साडा रिश्ता दरिया नाल टुट्टिया होया। शहर दा कनैक्शन दरिया नाल मुक गया होया है, शहर दी इमेजिनेशन विचों दरिया खत्म हो गया होया। एक ते अज असीं जिहड़ा आए हाँ इत्थे हाजरी दित्ती है
ਇਹਦਾ ਮਕਸਦ ਇਹ ਹੈ ਕਿ ਅਸੀਂ ਦਰਿਆ ਨਾਲ ਜਿਹੜਾ ਸਾਡਾ ਟੁੱਟਿਆ ਰਿਸ਼ਤਾ ਹੈ ਉਹਨੂੰ ਮੁੜ ਕੇ ਜੋੜੀਏ ਅਤੇ ਫਿਰ ਹੋਰ ਸਵਾਲਾਂ 'ਤੇ ਗੌਰ ਕਰੀਏ ਕਿ ਦਰਿਆ ਦਾ ਜਿਹੜਾ ਹਾਲ ਹੋਇਆ ਹੈ ਇਹ ਹਾਲ ਕਿੰਝ ਹੋਇਆ ਕਿਹੜੀਆਂ ਹੋਰ ਸਰਮਾਇਆ ਦਰਾਨਾ ਤਾਕਤਾਂ ਨੇ ਜਿਹੜੀਆਂ ਸਾਡੇ ਦਰਿਆਵਾਂ ਨੂੰ ਜੀਵਨ ਨਹੀਂ ਦਿੰਦੀਆਂ ਸੋ ਇੱਕ ਤਾਂ ਹੈ ਕਿ 1960 ਵਿੱਚ ਅਸੀਂ ਸਾਡਾ ਦਰਿਆ ਵੇਚ ਦਿੱਤਾ ਗਿਆ ਲੋਕਾਂ ਤੋਂ ਪੁੱਛੇ ਬਗੈਰ ਉਹ ਲੋਕਾਂ ਦਾ ਫੈਸਲਾ ਨਹੀਂ ਹੈ ਉਹ ਵੱਡੇ ਹੁਕਮਰਾਨਾਂ ਦਾ ਫੈਸਲਾ ਜਾਂ ਵੱਡੇ ਜ਼ੋਰਾਂ ਵਰਾਂ ਦਾ ਫੈਸਲਾ ਇੱਕ ਤਾਂ ਅਸੀਂ ਉਸ ਫੈਸਲੇ ਦੀ ਮੁਖਾਲਫਤ ਕਰਦੇ ਹਾਂ ਔਰ ਅਸੀਂ ਕਹਿੰਦੇ ਹਾਂ ਕਿ ਇੱਕ ਨਵੀਂ ਇੰਡਸ ਵਾਟਰ ਟ੍ਰੀਟੀ ਹੋਣੀ ਚਾਹੀਦੀ ਹੈ ਜਿਹੜੀ ਲੋਕਾਂ ਦੀ ਹੋਵੇ ਜਿਹੜੀ ਮਲਾਵਾਂ ਤੋਂ ਪੁੱਛ ਕੇ ਹੋਵੇ ਜਿਹੜੇ ਦਰਿਆ ਨਾਲ ਜੁੜੇ ਨੇ ਉਹਨਾਂ ਤੋਂ ਪੁੱਛ ਕੇ ਹੋਵੇ ਅਤੇ ਅਸੀਂ ਮਿਹਨਤ ਵੀ ਕਰਦੇ ਹਾਂ ਅਸੀਂ ਆਵਾਮ ਦੇ ਤੌਰ 'ਤੇ ਲੁਕਾਈ ਦੇ ਤੌਰ 'ਤੇ ਮਿਹਨਤ ਕਰਦੇ ਹਾਂ ਕਿ ਸਾਡੇ ਦਰਿਆ ਵਿੱਚ ਕੋਈ ਸਿਮਾਹੀ ਕੋਈ 6 ਮਹੀਨਿਆਂ ਬਾਅਦ ਥੋੜ੍ਹਾ ਜਿਹਾ ਪਾਣੀ ਛੱਡਿਆ ਜਾਵੇ ਤਾਂ ਕਿ ਦਰਿਆ ਦਾ ਜਿਹੜਾ ਜੀਵਨ ਹੈ ਉਹ ਬਰਕਰਾਰ ਰਹੇ ਸਾਡੀ ਦੂਜੀ ਡਿਮਾਂਡ ਇਹ ਹੈ ਕਿ ਦਰਿਆ ਰਾਵੀ ਵਿੱਚ ਜਿੰਨਾ ਫੈਕਟਰੀਆਂ ਦਾ ਗੰਦ ਪੈ ਰਿਹਾ ਹੈ ਲਾਹੌਰ ਸ਼ਹਿਰ ਦਾ ਸਾਰਾ ਗੰਦ ਰਾਵੀ ਵਿੱਚ ਹੈ ਰਾਵੀ ਜਿੱਥੋਂ ਜਿੱਥੋਂ ਲੰਘਦਾ ਹੈ ਉਹਨਾਂ ਸਾਰਿਆਂ ਸ਼ਹਿਰਾਂ ਦਾ ਗੰਦ ਰਾਵੀ ਵਿੱਚ ਪੈਂਦਾ ਹੈ ਅਤੇ ਸਾਡੀ ਦੂਜੀ ਡਿਮਾਂਡ ਇਹ ਹੈ ਕਿ ਰਾਵੀ ਵਿੱਚ ਇਸ ਗੰਦ ਨੂੰ ਜਿਹੜਾ ਸੁੱਟ ਰਹੇ ਨੇ ਇਹ ਖਤਮ ਕੀਤਾ ਜਾਵੇ ਅਤੇ ਇਹਦਾ ਅਲਟਰਨੇਟ ਕੋਈ ਸਿਸਟਮ ਬਣਾਇਆ ਜਾਵੇ ਜਾਂ ਜੇ ਤੁਸੀਂ ਪਾਣੀ ਪਾਉਣਾ ਹੈ ਤਾਂ ਉਹਨੂੰ ਕਿਵੇਂ ਸਾਫ਼ ਕਰਕੇ ਪਾਉਣਾ ਹੈ ਇਹਦੇ ਲਈ ਤੁਸੀਂ ਕੀ ਤਰੀਕੇਕਾਰ ਇਖਤਿਆਰ ਕਰੋਗੇ ਸਾਡਾ ਤੀਜਾ ਇੱਥੇ ਆਉਣ ਦਾ ਮਕਸਦ ਇਹ ਹੈ ਕਿ ਰਾਵੀ ਅਤੇ ਰੂਡਾ ਦੇ ਨਾਮ ਤੋਂ ਜਿਹੜੇ ਡਿਵੈਲਪਮੈਂਟ ਪ੍ਰੋਜੈਕਟ ਸ਼ੁਰੂ ਹੋਏ ਨੇ ਸਰਮਾਇਆ ਦਰਾਨਾ ਪ੍ਰੋਜੈਕਟ ਸ਼ੁਰੂ ਹੋਏ ਨੇ ਉਹ ਤਸਵੀਰ ਅਤੇ ਦਰਿਆ ਦੇ ਜ਼ੁਲਮ ਨੇ ਉਹਨੂੰ ਕਿਵੇਂ ਮੁਕਾਉਣਾ ਹੈ ਉਹ ਨਹੀਂ ਹੋਣਾ ਚਾਹੀਦਾ ਜੇ ਰੂਡਾ ਹੋਇਆ ਉਹਨਾਂ ਦਾ ਵੀ ਨਾਰਾ ਇਹ ਹੈ ਕਿ ਦਰਿਆ ਬਚਾਓ ਜਾਂ ਰਾਵੀ ਬਚਾਓ ਲਾਹੌਰ ਬਚਾਓ ਲੇਕਿਨ ਉਹ ਇਸ ਨਾਰੇ ਦੀ ਬੁਨਿਆਦ 'ਤੇ ਕਿਵੇਂ ਦਰਿਆ ਦੀ ਧਰਤੀ 'ਤੇ ਕਬਜ਼ਾ ਕਰ ਰਹੇ ਨੇ ਦਰਿਆ 'ਤੇ ਕਬਜ਼ਾ ਕਰ ਰਹੇ ਨੇ ਬੇਲੀਓ ਜੇ ਪਾਣੀ ਨਹੀਂ ਰਿਹਾ ਤੁਸੀਂ ਆਲਰੇਡੀ ਵੇਖੋ ਸਾਡੇ ਇੱਥੇ ਪਾਣੀ ਦਾ ਕੀ ਹਾਲ ਹੋ ਗਿਆ ਹੈ ਸਾਡੇ ਲਾਹੌਰ ਵਿੱਚ ਬੋਰ ਕਰਨ ਨਾਲ ਪਾਣੀ ਲੱਭਦਾ ਨਹੀਂ ਹੈ ਕਿੰਨੇ 100 ਫੁੱਟ ਥੱਲੇ ਚਲਾ ਗਿਆ ਅਤੇ ਜੇ ਹੋਰ ਇਹੀ ਰਿਹਾ ਸਾਡਾ ਰਿਸ਼ਤਾ ਦਰਿਆਵਾਂ ਨਾਲ ਟੁੱਟਿਆ ਰਿਹਾ ਅਸੀਂ ਆਪਣੇ ਦਰਿਆਵਾਂ ਨਾਲ ਦਰਿਆਵਾਂ ਬਾਰੇ ਆਵਾਜ਼ ਨਾ ਚੁੱਕੀ ਅਤੇ ਪੁੱਤਰ ਰਹਿਣਾ ਅਸੀਂ ਵੀ ਨਹੀਂ ਹੈ ਬੇਲੀਓ ਆਲਰੇਡੀ ਸਿੰਧ ਵਿੱਚ ਬਹੁਤ ਕੰਮ ਹੋ ਰਿਹਾ ਦਰਿਆਵਾਂ 'ਚ ਸਾਡੇ ਸਰਾਇਕੀ ਵਸੇਬ ਵਿੱਚ ਬਹੁਤ ਕੰਮ ਹੋ ਰਿਹਾ ਦਰਿਆਵਾਂ 'ਤੇ ਪਰ ਸਾਡੇ ਸੈਂਟਰਲ ਪੰਜਾਬ ਅਪਰ ਪੰਜਾਬ ਵਿੱਚ ਕੋਈ ਮੂਵਮੈਂਟ ਨਹੀਂ ਦਰਿਆਵਾਂ ਦੀ ਸਾਡੇ ਇੱਥੇ ਦਰਿਆਵਾਂ ਬਾਰੇ ਸੋਚਿਆ ਵੀ ਨਹੀਂ ਜਾ ਰਿਹਾ ਕਿਸੇ ਕਿਸਮ ਦਾ ਕੋਈ ਐਕਸ਼ਨ ਦਰਿਆਵਾਂ ਬਾਰੇ ਨਹੀਂ ਹੈ ਸੋ ਤੁਹਾਡੀ ਮਿਹਰਬਾਨੀ ਤੁਸੀਂ ਰਲੇ ਹੋ ਜੁੜੇ ਹੋ ਅਤੇ ਇਸ ਜੁੜਤ ਦਾ ਮਕਸਦ ਇਹ ਹੈ ਕਿ ਜਿੰਨੇ ਜੀ ਇੱਥੇ ਆਏ ਨੇ ਹਰ ਜੀ ਆਪ ਹੁਣ ਸੋਚੇ ਦਰਿਆ ਬਾਰੇ ਉਹ ਜਿੱਥੇ ਰਹਿੰਦਾ ਹੈ ਜਿਸ ਤੋਂ ਕੰਮ ਕਰ ਰਿਹਾ ਉੱਥੇ ਲੋਕਾਂ ਨੂੰ ਅਵੇਅਰ ਕਰੇ ਦਰਿਆ ਬਾਰੇ ਅਤੇ ਇੱਕ ਹੋਰ ਗੱਲ ਕਿ ਜਿਹੜੀ ਨਰ ਪ੍ਰਧਾਨੀ ਹੈ ਜਿਹੜੀ ਇਹ ਸਰਮਾਇਆ ਦਰਾਨਾ ਨਿਜ਼ਾਮ ਨਾਲ ਜੁੜੀ ਹੈ ਇਹ ਪਿਦਰ ਸ਼ਾਹੀ ਦਾ ਨਿਜ਼ਾਮ ਹੈ ਉਹ ਰਾਵੀ ਮਰ ਗਈਏ ਮਾਂ ਕੋਈ ਗੱਲ ਨਹੀਂ ਹਾਂ ਅਤੇ ਇਹ ਜਿਹੜਾ ਨਰ ਪ੍ਰਧਾਨੀ ਦਾ ਨਿਜ਼ਾਮ ਹੈ ਇਹ ਵੀ ਕਿਵੇਂ ਸਾਡੇ ਦਰਿਆਵਾਂ ਦੀ ਵੀ ਮੌਤ ਹੈ ਸਾਡੀ ਧਰਤੀ ਦੀ ਵੀ ਮੌਤ ਹੈ ਅਤੇ ਸਾਡੀ ਵੀ ਮੌਤ ਹੈ ਅਤੇ ਦਰਿਆ ਨੂੰ ਆਜ਼ਾਦ ਕਰਨ ਦਾ ਮਤਲਬ ਕੀ ਹੈ ਧਰਤੀ ਨੂੰ ਆਜ਼ਾਦ ਕਰਨ ਦਾ ਮਤਲਬ ਕੀ ਹੈ ਹਵਾ ਨੂੰ ਆਜ਼ਾਦ ਕਰਨ ਦਾ ਮਤਲਬ ਕੀ ਹੈ ਕਿ ਅਸੀਂ ਇਸ ਨਰ ਪ੍ਰਧਾਨੀ ਦਾ ਇਸ ਪੈਟਰੀਆਰਕੀ ਦਾ ਅਤੇ ਸਰਮਾਇਆ ਦਰਾਨਾ ਨਿਜ਼ਾਮ ਦੇ ਖਿਲਾਫ ਗੱਲ ਕਰੀਏ ਜਿਹੜੇ ਸਾਡੇ ਦਰਿਆ ਖਾ ਗਏ ਨੇ ਸਾਡੀ ਧਰਤੀ ਨੂੰ ਖਾ ਗਏ ਨੇ ਅਤੇ ਸਾਡੇ ਜੀਵਨ ਨੂੰ ਖਾ ਗਏ ਨੇ ਅਤੇ ਮੇਰੇ ਕੋਲ ਇਹੀ ਗੱਲ ਹੈ ਕਿ ਜਿੱਥੇ ਹੋ ਤੁਸੀਂ ਜੋ ਕਰ ਰਹੇ ਹੋ ਦਰਿਆਵਾਂ ਬਾਰੇ ਸੋਚਣਾ ਸ਼ੁਰੂ ਕਰੋ ਧਰਤੀ ਬਾਰੇ ਸੋਚਣਾ ਸ਼ੁਰੂ ਕਰੋ ਅਸੀਂ ਜੁੜਨਾ ਸ਼ੁਰੂ ਕਰੀਏ ਇਹ ਇੱਕ ਵਾਰੀ ਸਾਲ 'ਚ ਨਹੀਂ ਹਰ ਮਹੀਨੇ ਰਾਵੀ 'ਤੇ ਇੱਕ ਸੰਗਤ ਹੋਇਆ ਕਰੇਗੀ ਅਤੇ ਤੁਹਾਡੇ ਸਾਰਿਆਂ ਨੂੰ ਸੱਦਾ ਹੋਏਗਾ ਉਹਦਾ ਜੋ ਉਹਦੇ ਵਿੱਚ ਆਉਣਾ ਚਾਹੇ ਆਵੇ ਅਤੇ ਇਹ ਸਿਰਫ ਰਾਵੀ ਦੀ ਗੱਲ ਨਹੀਂ ਹੈ ਚਨਾਹ ਦਾ ਵੀ ਇਹੀ ਹਾਲ ਹੋ ਰਿਹਾ ਹੈ ਜ਼ਿਲ੍ਹਮ ਦਾ ਵੀ ਇਹੋ ਹਾਲ ਹੋ ਰਿਹਾ ਹੈ ਸਿੰਧ 'ਤੇ ਵੀ ਅਸੀਂ ਬਿਰਾਜੀਸ ਬਣਾ ਕੇ ਜਿਵੇਂ ਸਾਨੂੰ ਲੱਗਦਾ ਹੈ ਸਾਡੇ ਇੱਥੇ ਇੱਕ ਬਹੁਤ ਵੱਡਾ ਨੈਰੇਟਿਵ ਹੈ ਕਿ ਡੈਮ ਦਰਿਆਵਾਂ ਨੂੰ ਬਚਾਉਂਦੇ ਨੇ ਸਾਡੀ ਅੱਜ ਦੀ ਵਾਕ ਦਾ ਇਹ ਮਤਲਬ ਵੀ ਹੈ ਕਿ ਅਸੀਂ ਡੈਮਾਂ ਦਾ ਅਤੇ ਦਰਿਆ 'ਤੇ ਹੋਣ ਵਾਲੀ ਹਰ ਕਿਸਮ ਦੀ ਕੰਸਟਰਕਸ਼ਨ ਦਾ ਇਨਕਾਰ ਕਰਦੇ ਹਾਂ ਅਤੇ ਅਸੀਂ ਉਹਦੇ ਖਿਲਾਫ਼ ਹਾਂ
ਉਹ ਸਾਰੀ ਰੁਕਾਵਟਾਂ ਜਿਹੜੀਆਂ ਦਰਿਆ ਨੂੰ ਵਹਿਣ ਤੋਂ ਦਰਿਆ ਨੂੰ ਵਗਣ ਤੋਂ ਰੋਕਦੀਆਂ ਨੇ ਅਸੀਂ ਉਹਨਾਂ ਦੇ ਖਿਲਾਫ ਹਾਂ ਅਤੇ ਇਹ ਮੇਰੀ ਉਹ ਗੱਲ ਤੁਹਾਡੇ ਸਾਰਿਆਂ ਦੇ ਜੁੜਨ ਨਾਲ ਬਣੀ ਅਤੇ ਜੁੜੀਏ ਐਨ ਜੀ ਜਿਵੇਂ ਅੱਜ ਆਏ ਹਾਂ ਮੁੜ ਤੁਸੀਂ ਕੋਈ ਇਕੱਠ ਜੋੜੋ ਅਤੇ ਆਓ ਹੁਣ ਇਹ ਨਹੀਂ ਹੈ ਕਿ ਮੈਂ ਕੋਈ ਇਨੀਸ਼ੀਏਟਿਵ ਯਸਨਾ ਲਵੇ ਜਾਂ ਆਪਣੇ ਰਹਿਮਾਨ ਲਵੇ ਜੁੱਤੀ ਲਵੇ ਤੁਸੀਂ ਸਾਰੇ ਜੀ ਜਿੱਥੇ ਜਿੱਥੇ ਵੀ ਹੋਵੋ ਆਪਣੇ ਆਪਣੇ ਇਕੱਠ ਜੋੜੋ ਆਪ ਰਲ ਕੇ ਰਾਵੀ 'ਤੇ ਆਓ ਅਤੇ ਰਾਵੀ 'ਤੇ ਜਿਹੜੇ ਇਹ ਮੱਲਾ ਬੈਠੇ ਨੇ ਇਹਨਾਂ ਦੀ ਗੱਲ ਸੁਣੋ ਤੁਹਾਨੂੰ ਪਤਾ ਹੈ ਅਜੇ ਤੀਕਰ ਰਾਵੀ ਜਿਹੜੇ ਮੱਲਾ ਨੇ ਔਰ ਰਾਵੀ ਨੂੰ ਇਸ ਪਤਨ ਦਾ ਨਾਂ ਕੀ ਹੈ ਮੱਲਾ ਅਜੇ ਤੀਕਰ ਔਰ ਰਾਵੀ ਨੂੰ ਪਤਨਾ ਦੇ ਹਿਸਾਬ ਨਾਲ ਬੋਲਦੇ ਨੇ ਇਸ ਪਤਨ ਦਾ ਨਾਂ ਹੈ ਰਾਜਗੜ੍ਹ ਪਤਨ ਜਿੱਥੇ ਅਸੀਂ ਬੈਠੇ ਹੋਏ ਹਾਂ ਇਸ ਵੇਲੇ ਸੋ ਦੂਜੀ ਆਖਰੀ ਗੱਲ ਕਿ ਸਾਡੀ ਜਿਹੜੀ ਇੱਥੋਂ ਦੀ ਰੀਤ ਹੈ ਉਹ ਦਰਿਆ ਨੂੰ ਮੁਕੱਦਸ ਮੰਨਦੀ ਹੈ ਉਹ ਖਾਜਾ ਖਿਜ਼ਰ ਦੀ ਰੀਤ ਹੈ ਉਹ ਜ਼ਿੰਦਾ ਪੀਰ ਮੰਨਦੀ ਹੈ ਦਰਿਆ ਨੂੰ ਔਰ ਹਰ ਤਰ੍ਹਾਂ ਦੇ ਦਰਿਆ 'ਤੇ ਜ਼ੁਲਮ ਦੇ ਦਰਿਆ 'ਤੇ ਗੰਦ ਪਾਵਣ ਦੇ ਖਿਲਾਫ਼ ਹੈ ਅਤੇ ਇਹਦੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਰੀਤ ਨਾਲ ਵੀ ਜੁੜੀਏ ਜਿਹੜੀ ਖਾਜਾ ਖਿਜ਼ਰ ਦੀ ਰੀਤ ਹੈ ਅਤੇ ਆਪਣੀ ਬੋਲੀ ਨਾਲ ਵੀ ਜੁੜੀਏ ਜਿੰਨੇ ਸਾਡੇ ਦਰਿਆ ਆਪਣੀ ਬੋਲੀ ਨਾਲ ਜੁੜਾਂਗੇ ਤਾਂ ਹੀ ਸਾਨੂੰ ਦਰਿਆਵਾਂ ਦੀ ਵੀ ਸਮਝ ਆਏਗੀ ਧਰਤੀ ਦੀ ਵੀ ਸਮਝ ਆਏਗੀ ਹਵਾ ਦੀ ਵੀ ਸਮਝ ਆਏਗੀ ਅਤੇ ਜੀਵਨ ਦੀ ਵੀ ਸਮਝ ਆਏਗੀ ਅਤੇ ਗੁਰੂ ਨਾਨਕ ਦਾ ਇੱਕ ਸ਼ਬਦ ਹੈ ਉਹ ਕਹਿੰਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮੋਹਤ ਦਿਵਸ ਰਾਤ ਦੋਏ ਦਾਈ ਦਈਆ ਖੇਲੇ ਸਗਲ ਜਗਤ ਕਿ ਹਵਾ ਸਾਡੀ ਗੁਰੂ ਹੈ ਪਾਣੀ ਸਾਡਾ ਪਿਓ ਹੈ ਅਤੇ ਧਰਤੀ ਸਾਡੀ ਮਾਂ ਅਤੇ ਕੁੱਲ ਜੀਵਨ ਇਹਨਾਂ ਦੇ ਮਿਲਣ ਨਾਲ ਬਣਿਆ ਜੇ ਇਹ ਨਹੀਂ ਰਹਿਣੇ ਤਾਂ ਜੀਵਨ ਵੀ ਨਹੀਂ ਰਹਿਣਾ ਅਤੇ ਜਿੰਨਾ ਜ਼ਹਿਰ ਦਰਿਆਵਾਂ ਵਿੱਚ ਹੈ ਇੰਨਾ ਜ਼ਹਿਰ ਸਾਡੇ ਅੰਦਰ ਵੀ ਹੈ ਜੇ ਦਰਿਆ ਵਗਣਗੇ ਤਾਂ ਸਾਡਾ ਜੀਵਨ ਵੀ ਆਸਾਨ ਹੋਵੇਗਾ ਅਸੀਂ ਵਗਣਾ ਰਹਿਣਾ ਸ਼ੁਰੂ ਕਰਾਂਗੇ ਅਤੇ ਤੁਹਾਡੇ ਸਾਰਿਆਂ ਦੀ ਹੱਥ ਜੁੜ ਕੇ ਇੱਕ ਵਾਰੀ ਫਿਰ ਮਿਹਰਬਾਨੀ ਅਤੇ ਖੈਰ ਹੋਵੇ ਤੁਹਾਡੀ ਸਨਾ ਗੱਲ ਰੱਖਣਾ ਚਾਹੋ ਜੋ ਰੱਖਣਾ ਚਾਹੋ ਬਸ ਇੱਕ ਗੱਲ ਇਹੀ ਕਰਨੀ ਹੈ ਜੇ ਅਗਰ ਅਸੀਂ ਨੈਕਸਟ ਵਾਰੀ ਇੱਥੇ ਆਈਏ ਸੰਗਤ ਕਰੀਏ ਅਸੀਂ ਸਾਰੇ ਆਪਣੇ ਤੌਰ 'ਤੇ ਥੋੜ੍ਹੀ ਜਿਹੀ ਰਿਸਰਚ ਕੋਈ ਪੋਇਟਰੀ ਕੁਛ ਵੀ ਜੋ ਵੀ ਤੁਹਾਨੂੰ ਲੱਗਦਾ ਹੈ ਜਿਸ ਸ਼ਹਿਰ ਦੀ ਲੋੜ ਹੈ ਪੜ੍ਹਨ ਦੀ ਲੋੜ ਹੈ ਦੂਜਿਆਂ ਨਾਲ ਸ਼ੇਅਰ ਕਰਨ ਦੀ ਲੋੜ ਹੈ ਉਹ ਆਪਣੇ ਨਾਲ ਲੈ ਕੇ ਆਓ ਇਹ ਕਿਸੇ ਇੱਕ ਜੀ ਦਾ ਇਨੀਸ਼ੀਏਟਿਵ ਨਹੀਂ ਹੈ ਇਹ ਸਾਰਿਆਂ ਦਾ ਰਲ ਕੇ ਅਸੀਂ ਇਹਨੂੰ ਇੱਕ ਮੂਵਮੈਂਟ ਬਣਾਉਣੀ ਹੈ ਜਿਹੜੀ ਕਿਸੇ ਔਰਗਨਾਈਜੇਸ਼ਨ 'ਤੇ ਨਹੀਂ ਹੈ ਆਮ ਜੀਆਂ ਦੀ ਮੂਵਮੈਂਟ ਹੈ ਕਿਉਂਕਿ ਜਿਹੜਾ ਦਰਿਆ ਹੈ ਉਹ ਕਿਸੇ ਇੱਕ ਦਾ ਨਹੀਂ ਹੈ ਉਹ ਜੀਵਨ ਹੈ ਉਹ ਸਾਰਿਆਂ ਵਾਸਤੇ ਉਹ ਜੀਵਨ ਹੈ ਅਤੇ ਕੋਈ ਵੀ ਪੋਇਟਰੀ ਤੁਸੀਂ ਲੈ ਕੇ ਆਉਣਾ ਚਾਹੁੰਦੇ ਕੋਈ ਆਪਣੀ ਰਿਸਰਚ ਲੈ ਕੇ ਆਉਣਾ ਚਾਹੁੰਦਾ ਹੈ ਕੋਈ ਦੱਸ ਸਕਦਾ ਹੈ ਕਿ ਕਿਵੇਂ ਅਸੀਂ ਆਪਣਾ ਹਿੱਸਾ ਪਾ ਸਕਦੇ ਹਾਂ ਰਾਵੀ ਨੂੰ ਬਚਾਉਣ ਵਾਸਤੇ ਅਤੇ ਸਾਰੇ ਇਹਦੇ ਉੱਤੇ ਗੱਲ ਕਰੋ ਅਤੇ ਹਰ ਮਹੀਨੇ ਅਸੀਂ ਇੱਕ ਵਾਰੀ ਆ ਕੇ ਇੱਥੇ ਬੈਠੀਏ ਅਤੇ ਇੱਕ ਦੂਜੇ ਨਾਲ ਸ਼ੇਅਰ ਕਰੀਏ ਕਿ ਅੱਛਾ ਮੈਂ ਇਹ ਸਿੱਖਿਆ ਹੈ ਮੈਨੂੰ ਲੱਗਦਾ ਹੈ ਇਹ ਹੋ ਸਕਦੇ ਹੈ ਮੈਂ ਇਹ ਸੁਣਿਆ ਇਹਦਾ ਕੀ ਹੱਲ ਹੈ ਬਿਕੋਜ਼ ਅਸੀਂ ਕੋਈ ਵੀ ਕਲਾਈਮੇਟ ਚੇਂਜ ਜਾਂ ਕਹਿ ਲਓ ਇਨਵਾਇਰਮੈਂਟਲ ਚੇਂਜ ਦੇ ਕੋਈ ਵੀ ਐਕਸਪਰਟ ਨਹੀਂ ਠੀਕ ਹੈ ਅਸੀਂ ਸਾਰੇ ਆਮ ਜੀ ਨੇ ਅਤੇ ਸਾਰੇ ਪੜ੍ਹ ਕੇ ਆਓ ਸਾਰੇ ਕੁਛ ਨਾ ਕੁਛ ਸੋਚ ਕੇ ਆਓ ਅਤੇ ਸ਼ੇਅਰ ਕਰੋ ਸਾਰਿਆਂ ਨਾਲ ਸਾਂਝਾ ਕਰੋ ਅਤੇ ਜੋ ਵੀ ਗੱਲ ਕਰਨਾ ਚਾਹੁੰਦੇ ਪਲੀਜ਼ ਗੱਲਾਂ ਚੱਲਦੇ ਪਏ ਕੋਈ ਲੁਕਦਾ ਵਾ ਨਹੀਂ ਬਾਹਰ ਯਾਰ ਦੋਸਤੋ ਸਾਥੀਓ ਜੋ ਵੀ ਯਹਾਂ ਪਰ ਆਏ ਆਪ ਸਬਕਾ ਬਹੁਤ ਬਹੁਤ ਸ਼ੁਕਰੀਆ ਇਹ ਹਮ ਸਬਕਾ ਇੱਕ ਮੁਸ਼ਤਰਕਾ ਕੌਜ਼ ਹੈ ਹਮ ਮੇਂ ਸੇ ਕਿਸੀ ਏਕ ਕੀ ਜੰਗ ਨਹੀਂ ਹੈ ਹਮ ਸਬ ਕੀ ਜੰਗ ਹੈ ਔਰ ਯਹ ਜੰਗ ਸਿਰਫ ਯਹਾਂ ਕੀ ਨਹੀਂ ਹੈ ਯਹ ਜੰਗ ਸਿਰਫ ਰਾਵੀ ਕੀ ਨਹੀਂ ਹੈ ਯਹ ਜੰਗ ਸਿੰਧੂ ਕੀ ਹੈ ਯਹ ਜੰਗ ਸਤਲੁਜ ਕੀ ਹੈ ਯਹ ਜੰਗ ਚਨਾਬ ਕੀ ਹੈ ਯਹ ਜੰਗ ਜੇਹਲਮ ਕੀ ਹੈ ਯਹ ਜੰਗ ਇਸ ਧਰਤੀ ਸੇ ਗੁਜ਼ਰਨੇ ਵਾਲੇ ਤਮਾਮ ਦਰਿਆਓਂ ਕੀ ਜੰਗ ਹੈ ਦੋਸਤੋ ਹਮ ਇੱਕ ਆਜ ਇੱਕ ਐਸੇ ਨਿਜ਼ਾਮ ਮੇਂ ਰਹਤੇ ਹੈ ਤਾਰੀਖ ਕੇ ਹਮ ਐਸੇ ਦਿਹਾਨੇ ਪਰ ਹੈ ਜਹਾਂ ਪਰ ਯਹ ਜੋ ਸਰਮਾਏਦਾਰਾਨਾ ਤਬਕਾ ਹੈ ਇਸਕੋ ਤਬ ਤੱਕ ਚੇਂਜ ਨਹੀਂ ਆਨੇ ਵਾਲਾ ਜਬ ਤੱਕ ਇਸ ਧਰਤੀ ਕੇ ਹਰ ਦਰਖਤ ਨਹੀਂ ਕੱਟ ਜਾਤਾ ਹਰ ਦਰਖਤ ਸੇ ਹਰ ਪੱਤਾ ਨਹੀਂ ਕੱਟ ਜਾਤਾ ਦਰਿਆ ਕੀ ਹਰ ਬੂੰਦ ਆਲੂਦਾ ਨਹੀਂ ਹੋ ਜਾਤੀ ਇਹ ਜਿਸ ਹਵਾ ਮੇਂ ਹਮ ਸਾਂਸ ਲੇ ਰਹੇ ਹੈ ਯਹ ਹਰ ਆਲੂਦਾ ਨਹੀਂ ਹੋ ਜਾਤਾ ਜਬ ਤੱਕ ਇਹ ਦਰਿਆਓਂ ਮੇਂ ਸੇ ਤਮਾਮ ਮਛਲੀਆਂ ਨਹੀਂ ਪਕੜੀ ਜਾਤੀ ਜਬ ਤੱਕ ਯਹ ਪੂਰੀ ਧਰਤੀ ਕੋ ਤਬਾਹ ਨਹੀਂ ਕਰਦੀ ਕਿਉਂਕਿ ਹਮ ਇਸ ਨਿਜ਼ਾਮ ਮੇਂ ਰਹਤੇ ਹੈ
उसका मकसद क्या है? वहाँ पर डेवलपमेंट होती है प्रॉफिट के लिए, प्रॉफिट फॉर द सेक ऑफ प्रॉफिट के लिए डेवलपमेंट होती है, ग्रोथ फॉर द सेक ऑफ ग्रोथ के लिए डेवलपमेंट होती है। मतलब इस निज़ाम के अंदर कोई प्लानिंग का कंसेप्ट नहीं है कि आपने हाउसिंग सोसाइटी कहाँ बनानी है, शहर कैसे बनाने, इदारों के अंदर वहाँ पर बात करें इसके बारे में, और सिर्फ राबी की बात नहीं करें बल्कि तमाम जो दरियाएँ हैं, तमाम जो नेचर का मसला है, क्योंकि ये निज़ाम हमें खुद को नेचर से काट के देखना सिखाता है, नेचर के साथ मिल कर उसके हारमोनी में रह के जीना सिखाता है। इस बारे में आप लोगों से जाके बात करें, डिफरेंट जो मूवमेंट से उसको आपस में कनेक्ट करें, मिलजुल के काम करें, इसके लिए हमारे मुश्तरक जदोजहद है। क्या बात है, क्या बात है।